ਏ ਆਕਾਸ਼ਵਣੀ ਜੰਮੂ ਹੈ ਬੜਲੇ ਖਬਰਾਂ ਤੋਂ ਦਾ ਸਵਾਗਤ ਪਹਿਲੇ ਖਾਸ ਖਬਰਾਂ ਕਰਨੇ ਮੈਂ ਜਗਮਨ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਤੰਕਵਾਦ ਤੇ ਅੱਤਵਾਦ ਬਾਰੇ ਇੱਕ ਸਾਂਝੀ ਸੋਚ ਤੇ ਰੌ ਤਿਆਰ ਕਰਨੇ ਪਰ ਸਹਿਮਤੀ ਜਤਾਈ ਹੈ ਉਹਨੇ ਮਹਿਲਾਇਂ ਅਲਪਸੰਖ ਕੇ ਤੇ ਮਨੁੱਖੀ ਅਧਿਕਾਰਾਂ ਸਰਬੰਧੀ ਮੁੱਦੇ ਪਰ ਵੀ سنجਿਦਗੀ ਨੇ ਗੌਰ ਕਰਨੇ ਦਾ ਪ੍ਰਣ ਪਾਇਆ ਹੈ ਲੇਫਟ ਨਾ ਗਵਰਨਰ ਮਨੋਤ ਸਿਨੌਰ ਨੇ ਆਖਿਆ ਜੀ ਬੇਕਸੂਰੇ ਮਾਸੂਮ ਲੋਕਾਂ 'ਤੇ ਆਤੰਕੀਅਮ ਲਹਿਂਗੀ ਬਰਦਾਸ਼ਤ ਨਹੀਂ ਕੀਤਾ ਜਾਗ ਇਨ ਵਾਰਦਾਤਾਂ ਕੇ ਅੰਜਾਮ ਦੇ ਨਿਆਂਲੇ ਕੀ ਬਖਸ਼ਾ ਨਹੀਂ ਜਾਗ ਤੇ ਉਨ੍ਹਾਂ ਕੀ ਹੁੰਦੇ ਕੀਤੇ ਦੀ ਸਜ਼ਾ ਜ਼ਰੂਰ ਦਿੱਤੀ ਜਾਗ ਸੈਨਾ ਪ੍ਰਮੁਖ ਜਨਰਲ ਐਮ ਐਮ ਨਰਵ ਨੇ ਹੁੰਦੇ ਅਲਾਵਾ ਕਈ ਸਿਆਸੀ ਪਾਰਟੀਆਂ ਪੁੰਛੁਚ ਉਹ ਦੇ ਆਤੰਕੀਅਮ ਲਈ ਸਖਤ ਨੀਤੀ ਆ ਕੀਤੀ ਗਏ ਜੰਮੂ ਚ ਇਨਯਮ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ जम्मू कश्मीर च 18 बरेकुला उपरली उमरी दे 99.98 प्रतिशत लोकेंगी कोरोना सों बचाला टीका लग गी चुके दा पिछले 24 घंटे दौरान 53 मामले गए सामने आए न खबरें दी तफ़सील कोला पहले एक स्नेहा राष्ट्र ने 18 बरेकुला मतिबरे सुदे लोकेंगी के ते सरकारी केंद्रच मुफ्त कोविड-19 टीकाकरण अभियान च तेजी ल्यांदी है अस युवा श्रोताएं की सलाह जो टीका लई लाड़े श्रोताएं की इबी सलाह दी सुरक्षा उपाय कमी नहीं करन, की जे कोविड नाइन्टीन का सही जिंदू पर खतरा अजें भी बने मेहरबान करिए बहर जाना जरूरी नहीं घर होर अंदर रवो तो चार सखले उपा जारी रखो मुंह पर मास्क पाओ समाजी छिंडे गित दौ गज की ते दूरी रखो हत्थ के मुंह की साफ सुथरा रखने पर मुख्य ध्यान देख कोविड सव बचाला टीका लो कोविड मुतलक कुछ जानकारी मार्गदर्शन गित्त तुम राष्ट्रीय हेल्पलाइन ਨੰਬਰ ਪਰ ਸੰਪਰਕ ਕਰ ਸਕਦੇ ਹੋ ਨੰਬਰ ਨ 01123978046 ਤੇ ਦੂਆ ਨੰਬਰ 1075 ਉਹਨਾਂ ਖਬਰ ਦੀ تفصیل ਕਰਨੇ ਪ੍ਰੋਮਿਲਾ ਜਮਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਕੱਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜான்ਸਨ ਹੁੰਦੇ ਨੇ ਟੈਲੀਫੋਨ ਪਰ ਗੱਲ ਕੀਤੀ ਦੋਨੋਂ ਲੀਡਰ ਇਹਦੇ ਸਾਬਿਲੇ दौने लीडरें इस बई वर्चुअल शिखर बैठक लाई है दबख्या दी प्रगति दी समीक्षा की वर्चुअल बैठक दौरान मन्नेगेदे रोड रोडमैप बी सौ त्री तहत कदमे पर सदोख प्रगट कि दोने नेताएं क्षेत्रीय घटनाक्रम पर बचार बटांदरा खासकरी अफगानिस्तान की स्थिति पर चर्चा की इस दौरान उग्रवाद ते आतंकवाद ते मानवाधिकार महिलाएं ते अल्पसंख्यकों के अधिकार बारे मुद्दे पर सझा अंतर्राष्ट्रीय दृष्टिकोण विकसित करने की जरूरत पर सहमति प्रगट की ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਅਧਿਐਖ ਸਰਦਾਰ ਮਨਜਿੰਦਰ ਸਿੰਘ ਉੰਦੀ ਅਗਵਾਈ ਚ ਸਿੱਖੇ ਦਾ ਇੱਕ ਪ੍ਰਤੀਨਿਧ ਮੰਡਲ ਲੈਫਟੇਨੈਂਟ ਗਵਰਨਰ ਮਨੋਤ ਸਿੰਘਾ ਉੰਦੇ ਕਨੇਕਲ ਰਾਜ ਭਵਨ ਚ ਨਗਰਸ਼ਮਿਲਿਆ ਡੈਲੀਗੇਸ਼ਨ ਚ ਡੀ ਐਸ ਜੀ ਐਮ ਸੀ ਦੇ ਅਹੁਦੇਦਾਰੇ ਤੇ ਕਸ਼ਮੀਰ ਪ੍ਰਾਂਤ ਦੇ ਦੀਆਂ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਦੇ ਮੈਂਬਰ ਸ਼ਾਮਲ ਹੈ ਤੇ ਜਿਨੇ ਸੰਘ ਸ਼ਾਸਿਤ ਜਮ ਕਸ਼ਮੀਰ ਚ ਅਲਪ ਸੰਖਿਆਕ ਤਬਕੇ ਦੇ ਮਸਲੇ ਬਾਰੇ ਖਾਸ ਕਰੀ ਉੰਦੀ ਸੁਰੱਖਿਆ 기 ਲਈ ਹੈ ਐਲ ਜੀ ਉੰਦੇ ਨੇ ਗੱਲ ਲੇਫਟਨੈਂਟ ਗਵਰਨਰੂ ਨੇ ਡੈਲੀਗੇਸ਼ਨ ਕੀ thro yes ਸੁਨਿਆ ਤੇ ਵਿਸ਼ਵਾਸ ਦਵਾਇਆ ਜੇ ਸਰਕਾਰ ਹੈ ਜੰਮੂ ਕਸ਼ਮੀਰ ਦੇ ਅਲਪ ਸੰਖਿਆ ਕੰਦੇ ਸੱਬੇ ਮਸਲੇ ਨਬੇੜ ਨੇ ਲਈ ਪੱਕਤਾਈ ਦੀ ਹੈ ਨੇ ਆਖਿਆ ਜੇ ਪਵਿੱਖਜ ਬੇਦੋਸ਼ੇ ਨਾਗਰੀਕਾਂ ਪਰ ਆਤੰਕੀ ਅਮਲਿਆਲੀ ਕੋਈ ਵਾਰਦਾਤ ਨਹੀਂ ਹੋਣ ਦਿੱਤੀ ਜਾਗ ਤੇ ਤੌਲਿਗੈ ਇਸ ਅਮਲੇਗੀ ਤੇ ਜ਼ਿੰਮੇਵਾਰ ਆਤੰਕੀਆਂ ਪਰ ਸਖਤ ਕਾਰਵਾਈ ਕੀਤੀ ਜਾਗ ਅੱਜ ਬੱਦਲੇ ਸਵੇਲਾ ਸ਼ੁਪਈਆਂ ਜ਼ਿਲ੍ਹੇ ਚ ਪਖੇਦੇ ਇੱਕ ਟਾਕਰੇ ਚ ਦ ਰੈਜ਼ਿਸਟੈਂਸ ਫਰੰਟ ਦੇ ਤਰੇ ਆਤੰਕਵਾਦੀ ਮਾਰੇਗੇ ਇਹ ਟਾਕਰਾ ਪਹਿਲੇ ਕੱਲ ਸ਼ੁਪਈਆਂ ਦੇ ਤੁਲਰਾਮ ਇਮਾਮ ਸਾਹਿਬ ਇਲਾਕੇ ਚ ਸ਼ੁਰੂ ਹੋਹਾ ਪੁਲਿਸਾਸ ਸੇ ਜਾਰੀ ਬਿਉਰੇ ਮੁਜਬ ਆਤੰਕਵਾਦੀਨ ਦੇ ਕਬਜ਼ੇ ਥੁਆ ਥਿਆ ਰਸਲਾ ਵੀ ਬਰਾਮਤ ਕੀਤਾ ਗਿਆ ਹੈ ਇਕ ਅਤੰਕਵਾਦੀ ਦੀ ਪਛਾਣ ਗਾਂਦਰਬਲ ਦੇ ਮੁਖ्तार ਸ਼ਾਹ ਦੇ ਰੂਪ ਵਿੱਚ ਕੀਤੀ ਗਈ ਹੈ ਕਿ ਸ਼੍ਰੋਜ ਪਹਿਲੇ ਉਹ ਬਿਹਾਰ ਦੇ ਇੱਕ ਫੇਰੀਆਲੇ ਵਿਰੇਂਦਰ ਪਾਸਵਾਨ ਦੀ ਅਤਿਆਕਾਰ ਨੇ ਮਗਰਾ ਸ਼ਪਈਆਂ ਉੱਠ ਗਿਆ ਹ ਸੇਨਾਧਿਖ ਜਨਰਲ ਐਮ ਐਮ ਨਾਰਬਣੇ ਉਰੇ ਕਲਪੁੰਛ ਜ਼ਿਲ੍ਹੇ ਚ ਅਤੰਕਵਾਦੀ ਤੇ ਸੁਰੱਖਿਆ ਬਲਿੰ ਬਸ਼ਕਾਰ ਹੋਏ ਦੇ ਟਾਕਰੇ ਚ ਆਪਣੀ ਜਿੰਦ ਦੇ ਦਾ ਉੱਚ ਬਲੀਦਾਨ ਦੇਣ ਵਾਲੇ ਬੰਨੇ ਸੈਨਕਿੰਗੀ ਸਲੂਟ ਕੀਤਾ ਹੈ ਕਲਸੁਰਨ ਕੋਟ 'ਤੇ ਅਲੇ ਅਤੰਕੀ ਅਮਲੇ ਚਾਪਨੀਏ ਜਿੰਨ ਦੇ ਦਾ ਮਹਾਨ ਬਲਿਦਾਨ ਦੇਣ ਵਾਲੇ ਸੈਨਿਕ ਜਿੰਦੇ ਚ ਇੱਕ ਜੀਐਸਓ ਵੀ ਸ਼ਾਮਲ ਹਾ ਅਲੀ ਵਾਰਦਤ ਦੀ ਸਿਆਸੀ ਪਾਰਟੀ ਸਖਤ ਨਿੰਦਿਆ ਕੀਤੀ ਹੈ ਜਮੂਸ਼ਹਿਰਚ ਵੀ ਸੁਰੱਖਿਆ ਬਲੰ ਪਰੋਏ ਦੇ ਇਸ ਅਤੰਕੀ ਅਮਲੇ ਖਿਲਾਫ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਕੀਤੇ ਗਏ ਅਤੰਗਵਾਦੀਆਂ ਦੇ ਇਸ ਕਾਇਰਾਨਾ ਅਮਲੇ ਦੀ ਨਿੰਦਿਆ ਕਰਦੇ ਹੋਏ ਸੀਨੀਅਰ ਕਾਂਗਰਸ ਲੀਡਰ ਤੇ ਜਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦੁਰੇ ਦਲੇਰ ਸੈਨਕੀ ਦੀ ਸ਼ਹਾਦਤ ਪਰ ਦੁੱਖ ਭੂਜਿਆ उने सोगी परिवार हमदर्दी प्रगट की बीजेपी के सीनियर लीडर उप उपमुख्यमंत्री कविंदर गुप्ता जे पजें सैनिकों की शहादत दे जिम्मेवार आतंकवादियों की तौले फगड़ी लैता जाग उन्हें जम्मू कश्मीर च परोक्ष युद्ध शुरू करने ले पाकिस्तान देने की निंदा की उख्या भारत पाकिस्तान उस भाषा च परता देषा उ समझ ਜੀਕੇਪੀਸੀਸੀ ਅਧਿਆਕਸ਼ ਜੀ ਏ ਮੀਰ ਤੇ ਦੂਏ ਸੀਨੀਅਰ ਲੀਡਰਾਂ ਵੀ ਆਤੰਕਵਾਦੀਆਂ ਦੀ ਇਸ ਕਾਇਰਾਨਾ ਹਰਕਤ ਦੀ ਮਜ਼ੰਮਤ ਕੀਤੀ ਆਪਣੀ ਪਾਰਟੀ ਦੇ ਅਧਿਆਕਸ਼ ਸੈਦ ਮੁਹੰਮਦ ਅਲਤਾਫ ਬੁਖਾਰੀ ਡੋਗਰਾ ਫਰੰਟ ਤੇ ਸ਼ਿਵ ਸੈਨਾ ਦੇ ਅਧਿਆਕਸ਼ ਸ਼ੋਕ ਗੁਪਤਾ ਹੋਰ ਵੀ ਆਤੰਕਵਾਦੀਆਂ ਦੀ ਇਸ ਕਾਇਰਾਨਾ ਹਰਕਤ ਪਰ ਦੁੱਖ ਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ ਰੇਲ ਕੋਇਲੇ ਤੇ ਕਾਨਿਆਲੇ ਮਹਿਕਮੇ ਦੇ ਗਿੰਜ ਰਾਜ ਮੰਤਰੀ ਰਾਉ ਸਾਹਿਬ ਪਾਟਿਲ ਦਨਵੀਉਂ ਆਖਿਆ ਜੇ ਕੇਂਦਰੀ ਸਰਕਾਰ ਜੰਮੂ ਕਸ਼ਮੀਰ ਦੇ ਪੂਰੇ ਪ੍ਰਾਦੇਸ਼ ਦੇ ਵਿਕਾਸ ਲਈ ਵਚਨਬੱਧ ਹੈ मंत्री और केंद्रीय सरकार दे पब्लिक आउटरीच प्रोग्राम तहत जम्मू कश्मीर दे जिला रामबन के दौ दिन तौर पर न। कल उन्हें संगलदान एक जनसभा संबोधित करते हुए इिया आख्या उने नि निर्माण एजेंसियों की ताकीद जे ओ स्थानीय इंजीनियरें रोजगार दे मौके हासिल करने दिए संभावनाएं पर कम कर आजादी का अमृत महोत्सव आकाशवाणी जम्मू का क्षेत्रीय समाचार इकाई का जम्मू यूनिवर्सिटी के डिपार्टमेंट ऑफ स्टूडेंट्स वेलफेयर द्वारा सहयोग करने पेश करता है आजादी का अमृत महोत्सव क्विज इंडिया एट 75 श्रोता कल पूछे गए सवाल का सही जवाब है अटल बिहारी वाजपेयी सही जवाब पेश न्याले पहले तीनों श्रोताओं देना एस 40 टांगे आी मुस्कान वर्मा, मुस्कान वर्मा कोर्ट थामा डॉक्टर संजीव शर्मा ते जवाहर नगर उधमपुर अपन्या तुस की मतिया मतिया मबारखा तुंदे सर्टिफिकेट डाके रें तुंदे घर पुज जांगन सर्टिफिकेट थोने पर उद्देन एक सेल्फी खिंची असं से जरूर भेजो ते अपने सोशल मीडिया प्लेटफॉर्म्स पर अपलोड करी ਤੇ ਹੇਠਾਂ ਬਾਕੀ ਦੀਆਂ ਖਬਰیں ਕਰਨੇ ਜਗਮਨ ਸ਼ਰਮਾ उद्योग राज्य मंत्री अनुप्रिया पटेल हो कल सरहदी जिले राजौरी के बिस्सों दौरा किया दं दिन दे राजौरी दौरे दे पहले रोज उन्हें लंबेड़ी थार तंदनी पुल का उदघाटन किया जिसी चार करोड़ चाली लाख रुपए की लागत कैयारा गया है इस मौके उन्होंने आ केन्द्र सरकार जमू कश्मीर के सामे तेरे पराते विकास लिए पूरी चाली दृढ़ संकल्प है अपने संबोधन उन्होंने आ पिछले सत्तर बरे तगर दफा त्रै सौ सत्तर पैंती ए ने जम्मू कश्मीर के लोगों की तरक्की बात बत्ता पर तेजिया करने अगड़े बदने दिए संभावनाएं व्यवस्थाएं को दूर रखे पर हूं इने की खत्म करिए जम्मू कश्मीर की खुशहाली के एक नमे दौर की बत्ता पर पाया जाता है जम्मू कश्मीर के सत जिले हून उन, उ जिले की सूची शामिल हो गए न जे सौ प्रतिशत योग्य लाभार्थियों की कोरोना सवा बचाव आ टीके की घटोघट पहली खुराक लगी चुकी दी है इसी रलाइए समूचे जम्मू कश्मीर च ठारें बरें को उपरली उम्री के सतानवे षारिया नौ अट्ठ प्रतिशत लाभार्थियों की टीका लग् चुके उ कल जम्मू कश्मीर च कोरोना कुल त्रुंजा नमे मामले सामने आए हैं ज नौ जम्मू त चरताली कश्मीर के बख हिस्सों इन नमें मामलों की रलाइए ਕਸ਼ਮੀਰ ਚ ਅਜੇ ਤੋੜੀ ਸਾਹਮਣੇ ਆਏ ਚੁਕੇ ਦੇ ਕਰੋਨਾ ਦੇ ਕੁੱਲ ਮਾਮਲੇ ਦੀ ਗਿਣਤਰੀ 33586 ਹੋ ਗਈ ਹੈ ਉਹਨਾਂ ਕੱਲ 95 ਕਰੋਨਾ ਕਸਟਿੰਗ ਕੀ ਨਰੋਇਓ ਨੇ ਪਰ ਜੰਮੂ ਕਸ਼ਮੀਰ ਦੇ ਬਾਗਪਾਖ ਹਸਪਤਾਲ ਨੇ ਥਮਾ ਛੁੱਟੀ ਵੀ ਥੋਈ ਗਈ ਹੈ ਇੰਦੇ ਚ 10 ਜੰਮੂ ਪ੍ਰਾਂਤ ਤੇ 85 ਕਸ਼ਮੀਰ ਪ੍ਰਾਂਤਾਂ ਦੇ ਬਾਗਪਾਖ ਦੇ ਸੰਤਮਾਨ ਤੋਇਂ ਕੱਲ ਬਲੈਕ ਫੰਗਸ ਦਾ ਵੀ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪત્ર ਸੋਚਨਾ ਬਿਊਰੋ ਪੀ ਆਈ ਬੀ ਨੇ ਸੋਸ਼ਲ ਮੀਡੀਆ 'ਚ ਫੈਲਾਈ ਜਾਦੀ ਉਸ ਖਬਰ ਦਾ ਖੰਡਨ ਕੀਤਾ ਜੇ ਮੁਲਖਾ 'ਚ ਕਰੋਨਾ ਦੇ ਵੱਧਦੇ ਮਾਮਲੇ ਕੀ ਦਿੱਖਦੇ ਹੋਈ ਅੱਜ ਸਮੂਲ 'ਚ ਮੁਲਖਾ 'ਚ ਲਾਕਡਾਊਨ ਲਾਇਆ ਜਾ ਰਿਹਾ ਹੈ ਤੇ ਦਿਯਾਲੀਤ ਅਗਰ ਸਭੈ ਰੇਲ ਸੇਵਾਵਾਂ ਬੰਦ ਰੋਂਗਨ ਪੀ ਆਈ ਬੀ ਨੇ ਆਖਿਆ ਜੇ ਖਬਰ ਪੂਰੀ ਚਾਲੀ ਝੂਠੀ ਗਲਤ ਤੇ ਬੇਬੁਨਿਆਦ ਹੈ ਤੇ ਕੇਂਦਰ ਸਰਕਾਰ ਨੇ ਇਸ ਚਾਲੀ ਦੀ ਕੋਈ ਕੋਸ਼ਨਾ ਜਾਂ ਹੁਕਮ ਜਾਰੀ ਨਹੀਂ ਕੀਤਾ ਦਾ शेर ए कश्मीर कृषि विज्ञान के तकनीकी विश्वविद्यालय जम्मू चटा च कल पंज दिन चलने आला उत्तर भारतीय प्रांतीय कृषि प्रांती मेला संपन्न हो गया समापन समारोह दौरान स्क्वास्ट जम्मू दे वाइस चांसलर प्रोफेसर जे पी शर्मा मुखने प्रोफेसर शर्मा उत्तरी भारत प्रांतीय कृषि प्रांती मेले दो हजार इक्कीय सफलता संपन्न होने पर संदोख बुजे उ गैर सरकारी संस्थाने सरकारी विभागें कृषि विज्ञान केन्द्रें अनुसंधान केन्द्रें विश्वविद्यालय दिए बिवीजन ਤੇ ਨਿੱਜੀ ਕੰਪਨੀਆਂ ਵਗੈਰਾ ਕੀ ਮੇਲੇ ਚ ਪੂਰੇ ਜੋਸ਼ ਕੰਨੇ ਇਸ ਸਾਲਾ ਨੇ ਲਈ ਮੁਬਾਰਕਬਾਦ ਦਿੱਤੀ ਉਹਨਿਆ ਕੈਰੀਅਰਿਸ ਕਿਸਮ ਦੇ ਮੇਲੇ ਕੰਨੇ ਕਰਸਾਨੇ ਕੀ ਬੜਾ ਮਤਾ ਫਾਇਦਾ ਪੁੱਛਦਾ ਹੈ ਆਕਸ਼ ਕਸਕਸ ਕਬਰਾ ਇੱਕ ਵਾਰੀ ਪੜਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉਰੇ ਅਤੰਕਵਾਦ ਤੇ ਅੱਤਵਾਦ ਬਾਰੇ ਇੱਕ ਸਾਂਝੀ ਸੋਚ ਤੇ ਰੌ ਤਿਆਰ ਕਰਨੇ ਪਰ ਸਹਿਮਤੀ ਜਤਾਈ ਹੈ ਉਹਨੇ ਮਹਿਲਾਇਂ ਅਲਪਸੰਖਿਏ ਤੇ ਮਨੁੱਖੀ ਅਧਿਕਾਰਾਂ ਦੀ ਸਰਬੰਧੀ ਮੁੱਦੇ ਪਰ ਵੀ ਸੰਜੀਦਗੀ ਨੇ ਗੌਰ ਕਰਨੇ ਦਾ ਪ੍ਰਣ ਪਾਇਆ ਹੈ ਇਫਟ ਇੰਟ ਗਵਰਨਰ ਮਨੋਤ ਸਿੰਘ ਹਰੀਆਖੇ ਜੀ ਬੇ ਕਸੂਰੇ ਮਾਸੂਮ ਲੋਕਾਂ ਪਰ ਅਤੰਕੀ ਅਮਲੇ ਕੀ ਵਰਦ برداشت ਨਹੀਂ ਕੀਤਾ ਜਾਗ ਇਨੇ ਵਰਦਾਤਾਂ ਕੀ ਅੰਜਾਮ ਦੇਣਿਆ ਲੇਗੀ ਬਖਸ਼ਿਆ ਨਹੀਂ ਜਾਗ ਤੇ ਉਨੇ ਗੁੰਦੇ ਕੀਤੇ ਦੀ ਸਜ਼ਾ ਜ਼ਰੂਰ ਦਿੱਤੀ ਜਾਗ ਸੈਨਾ ਪ੍ਰਮੁਖ ਜਨਰਲ ਐਮ ਐਮ ਨਰਵ ਨੇ ਹੁੰਦੇ ਅਲਾਵਾ ਕਈ ਸਿਆਸੀ ਪਾਰਟੀਆਂ ਪੁੰਛਟੋਈ ਦੇ ਅਤੰਕੀ ਅਮਲੇ ਦੀ ਸਖਤ ਨਿੰਦਾ ਕੀਤੀ ਹੈ ਜੰਮੂ ਚ ਇਨੇ ਅਮਲੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਹ ਦੇ ਕੰਨੇ ਕੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਆ